ਕੇ ਖਾਲਸਾ ਵਾਹਿਗੁਰੂ ਜੀ ਫਤਿਹ ਗਾਣਾ ਇਹ ਡੀ ਜੀ ਸਿੰਘ ਹੈ ਇਹ ਫੂਡ ਟਰੱਕ ਘੰਟ ਪੰਜਾਬੀ ਜੈਕਸ਼ਨ ਅਤੇ ਮੈਂ ਬਰਗਰ ਬਣਾਉਣ ਲੱਗਾ ਨੂਰ ਨੂਰ ਰੁਪਏ ਟਿੱਕੀ ਬਰਗਰ ਦੀ ਸਲਾਈਸ ਪਨੀਰ ਦੀ ਸਲਾਈਸ ਐਡੀ ਵੱਡੀ ਹਾਂਜੀ ਕਿਆ ਬਾਤ ਸਿਰਾ ਪਾਉਂਗੇ ਖੀਰੇ ਹੀ ਖੀਰੇ ਤਿੰਨ ਪੀਸ ਖੀਰੇ ਇੱਕ ਟਮਾਟਰ ਦਾ ਪੀਸ ਫਿਰ ਟਮਾਟਰ ਦਾ ਹੋਊਗਾ ਜੀ ਹੋਰ ਹੋਰ ਕਿਆ ਬਾਤ ਉਸ ਤੋਂ ਬਾਅਦ ਉੱਪਰ ਪਵਾਵਾਂਗੇ ਨਿਊਡਲ ਨਿਊਡਲ ਦਿਖਾਓ ਜਰਾ ਮਸਾਲੇਦਾਰ ਨਿਊਡਲਾਂ ਨੇ ਪਿਆਜ ਸ਼ਿਮਲਾ ਮਿਰਚ ਪਾਈ ਹੈ ਨਾ ਹਾਂ ਤਾਂ ਪਾਇਆ ਜੀ ਪਿਆਜ ਮਿਰਚ ਕਰ ਦੋ ਜਰਾ ਸਾਡੇ ਘਰ ਦੇ ਆਦੇ ਮਸਾਲੇ ਪਾਏ ਵਿੱਚ ਆਪਣਾ ਹੋ ਗਿਆ ਬਰਗਰ ਰੈਡੀ ਜੀ ਦੋ ਸੈਕਿੰਡ ਜਰਾ ਦਿਖਾ ਦੋ ਜਰਾ ਮੜਾ शुरुआत ਕਰੰਚੀ ਦੇਸੀ ਘਿਓ ਨਾਲ ਬਨ ਨੂੰ ਕਰੰਚੀ ਕਰ ਦਿੱਤਾ ਜਾਂਦਾ ਹਾਂਜੀ ਕੀ ਬਾਤ ਫਿਰ ਆਪਾਂ ਗ੍ਰੀਨ ਚਟਨੀ ਲਾਵਾਂਗੇ ਆ ਜਿਹੜੀ ਚਟਨੀ ਹੈ ਇਹ ਖਾਸ ਹੈ ਇਹਦੇ ਚ ਕੁਝ ਸਪੈਸ਼ਲ ਪਾ ਦਿੰਦੇ ਆ ਮਸਾਲੇ ਜਿਹੜੇ ਨੇ ਪਾਏ ਹੋਏ ਹੋਏ ਇਹ ਤਾਂ ਭਾਵੇਂ ਤੁਸੀਂ ਪਰੌਂਠੀ ਨਾਲ ਖਾਲੋ ਉਦਾਂ ਹੀ ਬੜੀ ਸਵਾਦ ਲੱਗੇ ਵੇਸਟ ਤੇ ਤੁਸੀਂ ਇੰਨੀ ਸੋਹਣੀ ਕੋਈ ਆਰਟੀਫੀਸ਼ੀਅਲ ਮੇਅਨੀਜ਼ ਨਹੀਂ ਲਗਾ ਰਹੇ ਕੀ ਬਾਤ ਬਹੁਤ ਵਧੀਆ ਪਾ ਪਾਉਣਾ ਪਿਆਜ ਅਨੀਅਨ ਦਾ ਵਧੀਆ ਦਾ ਸਲਾਈਸ ਭਾਜੀ ਰੈੱਡ ਅਨੀਅਨ ਤਾਂ ਬਹੁਤ ਮਹਿੰਗੇ ਨੇ 40-50 ਡਾਲਰ ਦਾ ਹੁੰਦਾ ਗੱਟਾ ਉਹ ਤਾਂ ਨਹੀਂ ਕਹਿ ਗਿਆ पनीर न्यूडल टिक्की बर्गर उत्ते मेयो है भाजी हाँ जी वाइट मेयो होगी थोड़ी जी केचप होगी क्या बात अपना हो गया बर्गर रेडी दो सेकंड जरा दिखा दो जरा मड़ा हाँ क्या तो ले आओ जगजीत सिंह जी रेडी है बर्गर जी हाँ जी रेडी है जी आपा दिखाओ जरा बर्गर जरा एडा कुछ पाया भाई की कुछ पाया है पहला बेस थे हरी चटनी बेस हरी चटनी ਫਿਰ ਉਹ ਲੈ ਕੇ ਪਿਆਜ ਰੈੱਡ ਫਿਰ ਲੈਟਸ ਫਿਰ ਟਿੱਕੀ ਫਿਰ ਖੀਰਾ ਘਰ ਦੀ ਬਣੀ ਹੋਈ ਟਿੱਕੀ ਘਰ ਦੀ ਬਣੀ ਹੋਈ ਚਟਨੀ ਵਧੀਆ ਜੀ ਨਿਊਡਲਸ ਉੱਤੇ ਵਾਈਟ ਸੌਸ ਤੇ ਉੱਤੇ ਕੈਚਪ ਤੇ ਇਹ ਇਹਨਾਂ ਦਾ ਕੈਂਟ ਪੰਜਾਬੀ ਜੰਕਸ਼ਨ ਦਾ ਬਰਗਰ ਕਿੰਨਾ ਪ੍ਰਾਈਸ ਹੈ ਭਾਜੀ 899 9 ਡਾਲਰ ਦਾ ਬਰਗਰ ਹੈ ਰੈੱਡ ਅਨੀਅਨ ਪਾ ਕੇ ਵੀ ਤੁਸੀਂ ਪ੍ਰਾਈਸ ਨਹੀਂ ਬਤਾਇਆ ਪ੍ਰਾਈਸ ਨਹੀਂ ਬਤਾਇਆ ਕੀ ਬਾਤ ਹੈ ਸੋ ਇਹ ਇਹਨਾਂ ਦਾ ਲੋਡਡ ਦਾ ਬਰਗਰ ਕਰ ਦੋ ਪੈਕ ਵੇਟ ਕਰਕੇ ਦਿਖਾਵਾਂਗੇ ਜੀ ਬਰਗਰ ਬਰਗਰ ਦਾ ਵੇਟ ਕਰਕੇ ਦਿਖਾਓਗੇ ਕਿ ਕਿੰਨੇ ਕਿੰਨਾ ਭਾਰ ਹੈ ਹਾਂਜੀ ਦਿਖਾ ਦਿਓ ਜਰਾ ਰੱਖ ਦਿਓ ਜਰਾ ਕੰਡੇ ਦੇ 610 ਗ੍ਰਾਮ ਹੈ ਜੀ 610 ਗ੍ਰਾਮ ਦਾ ਬਰਗਰ ਸਰ ਵੇਟ ਕਰਕੇ ਦਿਖਾ ਰਹੇ ਨੇ ਜਗਜੀਤ ਸਿੰਘ ਜੀ ਕੇ ਬਰਗਰ 610 ਗ੍ਰਾਮ ਦਾ ਬਰਗਰ ਹੈ ਨਿਊਡਲ ਟਿੱਕੀ ਬਰਗਰ ਤੇ ਲਗਭਗ ਇਹ ਬਣ ਗਿਆ 600 ਗ੍ਰਾਮ ਦਾ 1.3 LB 1 LB ਤੋਂ ਵੀ ਵੱਧ ਦਾ ਹੋ ਗਿਆ ਕੀ ਬਾਤ ਹੈ ਸੋ ਸਿਰਫ 9 ਡਾਲਰ ਦਾ ਹਾਂਜੀ 9 ਡਾਲਰ